Bingo Potato Chips presents Toy Upaifi. हेलो हाय व्हाट्सअप सत श्री अकाल तुसी वेख रहे हो बल्ले बल्ले मेरा नाम है लखा खोरूपंती न्यूज शुरू हो गया एंड अज दे जो साडे मेहमान है ओ उन्हां दी गल करां ते ओ पेपरां दे विच सिर्फ नाम लिखण लई एक्स्ट्रा शीट लैंदे है जे ओ कल्ले भी बाइक ते जा रहे होण ते उन्हां दा ट्रिपलिंग दा चलान हो जांदा है मेरी मुराद मेरी खुराक करमजीत अनमोल तालियां दी आवाज गूंजनी चाहिए सो अज स्टूडियो च कौन आया करमजीत या अनमोल दोनों ही आए सवाल तैयार हो ਬਿਲਕੁਲ ਐਨੀ ਫੀਲਿੰਗ ਨਰਵਸ ਮੈਂ ਕਿਹੜਾ ਸਾੜੀ ਲਾਉਣੀ ਹੈ ਤਿਆਰ ਹੋਣ ਨੂੰ ਉਹ ਨਹੀਂ ਆ ਰਹੀਆਂ ਕਈ ਫਿਲਮਾਂ 'ਚ ਤੁਸੀਂ ਲਾ ਲੈਂਦੇ ਹੋ ਨਾ ਨਾ ਇੱਕ 'ਚ ਹੀ ਲਾਈ ਹੈ ਬੜੀਆਂ 'ਚ ਨਹੀਂ ਉਹ ਵੀ ਸਾੜੀ ਨਹੀਂ ਲਾਈ ਮੈਂ ਕੁਝ ਲਾਈ ਹੈ ਨਾ ਨਾ ਇੱਕ 'ਚ 420 ਪਹਿਲਾਂ 420 ਨਾ ਪਹਿਲਾਂ 'ਚ ਤਾਂ ਹੈ ਨਹੀਂ ਸੀ ਮੈਂ ਅੱਛਾ ਉਹ ਬਿੰਨੂ ਨੇ ਲਾਈ ਸੀ ਅੱਗੇ ਤੁਸੀਂ ਕਦੇ ਯਾਰੀ ਦੋਸਤੀ ਕਰਕੇ ਕੋਈ ਫਿਲਮ ਕੀਤੀ ਹੈ ਬਥੇਰੀਆਂ ਕੀਤੀਆਂ ਕੁੜੀ ਮਤਲਬ ਇਦਾਂ ਕੋਈ ਦੱਸੋ ਨਾ ਗਿੱਪੀ ਵਾਲੀ ਯਾਰੀ ਦੋਸਤੀ 'ਚ ਹੁੰਦੀ ਹੈ ਅੱਛਾ ਤੁਹਾਨੂੰ ਪੈਸੇ ਨਹੀਂ ਮਿਲਦੇ ਉਹਦੇ ਨਹੀਂ ਮਿਲਦੇ ਆ ਕਿਉਂ ਨਹੀਂ ਮਿਲਦੇ ਲਾਈਵ ਇੰਟਰਵਿਊ ਵਿੱਚ ਕਰਮਜੀਤ ਨੇ ਕਿਹਾ ਕਿ ਗਿੱਪੀ ਪੈਸੇ ਨਹੀਂ ਦਿੰਦੇ ਪ੍ਰੋਡਿਊਸਰ ਮੈਂ ਨਹੀਂ ਕਿਹਾ ਪੈਸੇ ਨਹੀਂ ਦਿੰਦੇ ਹਾਂਜੀ ਮੈਂ ਯਾਰੀ ਦੋਸਤੀ ਦੀ ਗੱਲ ਕੀਤੀ ਹੈ ਅੱਛਾ ਸੋ ਗਿੱਪੀ ਨੇ ਕਰਮਜੀਤ ਅਨਮੋਲ ਨੇ ਲਾਈਵ ਇੰਟਰਵਿਊ ਵਿੱਚ ਇੱਕ ਇਹ ਕਿਹਾ ਕਿ ਗਿੱਪੀ ਘੱਟ ਪੈਸੇ ਦਿੰਦੇ ਨੇ ਇਹ ਵੀ ਨਹੀਂ ਕਿਹਾ ਮੈਂ ਅੱਛਾ ਨਾਲੇ ਜਿਹੜੀ ਗੱਲ ਪਤਾ ਉਹਦਾ ਕਹਿਣ ਦੀ ਕੀ ਲੋੜ ਹੈ ਓ ਠੀਕ ਹੈ ਠੀਕ ਹੈ ਜੀ ਸੋ ਇੱਕ ਕੈਰੈਕਟਰ ਜਿਹੜਾ ਤੁਹਾਡੇ ਦਿਲ ਦੇ ਬਹੁਤ ਕਰੀਬ ਹੈ ਸਾਰੇ ਕੈਰੈਕਟਰ ਵਧੀਆ ਨੇ ਕਿਉਂਕਿ ਮੈਂ ਤਕਰੀਬਨ ਸਾਰੇ ਡਿਫਰੈਂਟ ਕਰਨ ਦੀ ਕੋਸ਼ਿਸ਼ ਕਰਦਾ ਹਾਂਜੀ ਔਰ ਮੰਜੇ ਬਿਸਤਰੇ ਦਾ ਕੈਰੈਕਟਰ ਜਿਹੜਾ ਸਾਧੂ ਹਲਵਾਈ ਦਾ ਕਾਫੀ ਅੱਛਾ ਮੈਨੂੰ ਚੰਗਾ ਲੱਗਾ ਦਿਲ ਦੇ ਕਰੀਬ ਹੈ ਸੋ ਕਰਮਜੀਤ ਅਨਮੋਲ ਨੇ ਲਾਈਵ ਇੰਟਰਵਿਊ ਦੇ ਵਿੱਚ ਕਿਹਾ ਕਿ ਬਾਕੀ ਕੈਰੈਕਟਰ ਮੈਂ ਦਿਲੋਂ ਨਹੀਂ ਕੀਤੇ ਇੱਕੋ ਕੈਰੈਕਟਰ ਮੈਂ ਆਪਣੇ ਕੈਰੀਅਰ ਦੇ ਵਿੱਚ ਦਿਲੋਂ ਕੀਤਾ ਤੂੰ ਮਰਨ ਵਾਲਾ ਕਿਉਂ ਹੋ ਜਾਂਦਾ ਮੈਨੂੰ ਇਹ ਦੱਸਣ ਲੱਗਿਆ ਹੌਲੀ ਦੱਸ ਲੈ ਉਹ ਕੈਮਰਾ ਥੋੜਾ ਦੂਰ ਲੱਗਾ ਹੈ ਨਾ ਅੱਛਾ ਮੈਂ ਕਿਹਾ ਆਵਾਜ਼ ਪਤਾ ਨਹੀਂ ਪਹੁੰਚ ਕੈਮਰੇ ਦੇ ਵਿੱਚ ਹੀ ਬਹਿ ਜਾ ਕੇ ਅੱਛਾ ਠੀਕ ਹੈ ਜੀ ਸਿੰਗਿੰਗ ਵੀ ਕਰਦੇ ਹੋ ਤੁਸੀਂ ਐਕਟਿੰਗ ਵੀ ਕਰਦੇ ਹੋ ਤੁਸੀਂ ਪ੍ਰੋਡਿਊਸਰ ਵੀ ਹੋ ਤੁਹਾਡੇ ਸਭ ਤੋਂ ਕਰੀਬ ਕੀ ਹੈ ਸਾਰੇ ਹੀ ਕਰੀਬ ਨੇ ਅੱਛਾ ਹਾਂ ਕੋਈ ਇੱਕ ਫਿਰ ਵੀ ਨਾ ਕਿਉਂ ਫਿਰ ਤੁਸੀਂ ਕਹਿੰਦੇ ਨਾ ਇਹ ਕਹਿੰਦੇ ਮੈਨੂੰ ਗਾਇਕੀ ਪਸੰਦ ਹੈ ਬਾਕੀ ਚੀਜ਼ਾਂ ਪਸੰਦ ਨਹੀਂ ਸੋ ਕਰਮਜੀਤ ਅਨਮੋਲ ਨੇ ਕਿਹਾ ਕਿ ਮੈਂ ਸਭ ਕਰਨਾ ਚਾਹੁੰਦਾ ਮੈਨੂੰ ਪੈਸੇ ਦਾ ਮੋਹ ਹੈ ਪੈਸਾ ਆਉਂਦਾ ਚੰਗਾ ਲੱਗਦਾ ਜੀ ਇੱਕ ਜਗ੍ਹਾ ਤੋਂ ਆਵੇ ਤੇ ਮੈਨੂੰ ਘੱਟ ਲੱਗਦਾ ਇਸ ਕਰਕੇ ਐਕਟਿੰਗ ਪ੍ਰੋਡਿਊਸਰ ਗਾਇਕੀ ਮੈਨੂੰ ਹਰ ਤਰ੍ਹਾਂ ਤੋਂ ਪੈਸਾ ਚਾਹੀਦਾ ਆਏ ਹੈ ਹਾਂ ਹਾਂਜੀ ਠੀਕ ਹੈ ਜੀ ਮਿਸਟਰ ਕਰਮਜੀਤ ਅਨਮੋਲ ਜੀ ਮੈਂ ਤੁਸੀਂ ਕਾਫੀ ਫਿਲਮਾਂ ਕੀਤੀਆਂ ਤੁਹਾਨੂੰ ਇੰਡਸਟਰੀ 'ਚ ਤੁਸੀਂ ਹਰ ਕਿਸੇ ਨੂੰ ਜਾਣਦੇ ਹੋ ਐਂਡ ਹਰ ਕਿਸੇ ਨਾਲ ਕੰਮ ਕੀਤਾ ਹੈ ਮੈਨੂੰ ਲੱਗਦਾ ਤੁਸੀਂ ਹੀ ਸਹੀ ਬੰਦੇ ਹੋ ਇਹ ਸਵਾਲ ਪੁੱਛਣ ਲਈ ਸਭ ਤੋਂ ਵਧੀਆ ਇੰਟਰਵਿਊ ਕੌਣ ਕਰਦਾ ਹੈ ਬਾਕੀ ਵੈਸੇ ਤਾਂ ਸਾਰੇ ਕਰਦੇ ਆ ਹਾਂਜੀ ਸਭ ਤੋਂ ਵਧੀਆ ਪਰ ਇੱਕ ਖਰੂਪੰਥੀ ਵਾਲਾ ਬੰਦਾ ਹੈ ਹਾਂਜੀ ਬਹੁਤ ਜ਼ੋਰ ਨਾਲ ਇੰਟਰਵਿਊ ਕਰਦਾ ਸਿਰਾ ਲਾਉਂਦਾ ਹਾਂ ਹਾਂਜੀ ਬਾਕੀ ਬੁੜਕ ਕੇ ਪੈਂਦਾ ਸਿਰਾ ਛੱਤ ਨਾਲ ਲੱਗਣ ਵਾਲਾ ਹੋ ਜਾਂਦਾ ਸਿਰਾ ਸੋ ਤਾਲੀਆਂ ਦੀ ਆਵਾਜ਼ ਗੂੰਜਣੀ ਚਾਹੀਦੀ ਲੱਖੇ ਦੇ ਠੀਕ ਮੈਂ ਮੁੱਛਾਂ ਸੈੱਟ ਕਰ ਲਾਂ ਤੁਸੀਂ ਦੱਸੋ ਕੈਮਰਾ ਮੁੱਛਾਂ ਵਾਸਤੇ ਹੀ ਲਾਇਆ ਜਾਂ ਸ਼ੀਸ਼ਾ ਰੱਖ ਲੈਂਦਾ ਅਗੀਤੇ ਜੈਲਰ ਦੀ ਫੋਟੋ ਵਿੱਚ ਦੀ ਦੇਖ ਲੈ ਓ ਮੈਂ ਭੁੱਲ ਗਿਆ ਭਾਜੀ ਨੂੰ ਭਾਜੀ ਤੁਸੀਂ ਗੁੱਸਾ ਨਹੀਂ ਕਰਨਾ ਕਿਉਂਕਿ ਅੱਜ ਤੁਹਾਡੀ ਤਾਂ ਸੌ ਨਹੀਂ ਖਵਾਈ ਕਿਉਂਕਿ ਤੁਸੀਂ ਕਮੇਡੀਅਨ ਹੋ ਤੁਸੀਂ ਗੁੱਸਾ ਕਰਨਾ ਹੀ ਨਹੀਂ ਹੈ ਸੋ ਗੀਤਾ ਭਾਜੀ ਠੀਕ ਹੈ ਜੀ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਸਿੰਗਰ ਹੈ ਔਰ ਕਮਾਲ ਦੀ ਆਵਾਜ਼ ਹੈ ਕਰਾਰੀ ਆਵਾਜ਼ ਹੈ ਇਸ ਬੰਦੇ ਦੀ ਗੀਤਾ ਭਾਜੀ ਕੀ ਕਹਿਣਾ ਚਾਹੋਗੇ ਇਹ ਵੀ ਇਹੀ ਕਹੂਗਾ ਬਹੁਤ ਵਧੀਆ ਮੈਂ ਅੱਛਾ ਜੀ ਠੀਕ ਹੈ ਭਾਜੀ ਦੋ ਕੁ ਲਾਈਨਾਂ ਹੋ ਜਾਣ ਅੱਛਾ ਲੱਗੇਗਾ ਮੈਨੂੰ ਨਾ ਮੈਂ ਬੋਲਾਂ ਨਾ ਤੂੰ ਬੋਲੇ ਇਹ ਤੇਰੇ ਬਾਰੇ ਬੋਲ ਰਿਹਾ ਮੈਂ ਅੱਛਾ ਜੀ ਨਾ ਮੈਂ ਡੋਲਾਂ ਨਾ ਤੂੰ ਡੋਲੇ ਨਾ ਮੈਂ ਬੋਲਾਂ ਨਾ ਤੂੰ ਬੋਲੇ ਨਾ ਮੈਂ ਡੋਲਾਂ ਨਾ ਤੂੰ ਡੋਲੇ ਨੈਣ ਸਮੁੰਦਰੋਂ ਡੂੰਘੇ ਨੀ ਨੈਣ ਸਮੁੰਦਰੋਂ ਡੂੰਘੇ ਨੀ ਆ ਡੁੱਬ ਕੇ ਮਰੀਏ ਆ ਜਾ ਦੋਵੇਂ ਨੈਣਾਂ ਦੇ ਨਾਲ ਗੱਲਾਂ ਕਰੀਏ ਆ ਜਾ ਦੋਵੇਂ ਨੈਣਾਂ ਦੇ ਨਾਲ ਗੱਲਾਂ ਕਰੀਏ ਨੀ ਆ ਜਾ ਦੋਵੇਂ ਨੈਣਾਂ ਦੇ ਨਾਲ ਗੱਲਾਂ ਕਰੀਏ ਇੰਨੀਆਂ ਗੱਲਾਂ ਓਕੇ ਜੀ ਤਾਲੀ ਦੀ ਆਵਾਜ਼ ਗੂੰਜਣੀ ਚਾਹੀਦੀ ਹੈ ਕੀ ਬਾਤ ਹੈ ਬਹੁਤ ਵਧੀਆ ਬਹੁਤ ਵਧੀਆ ਗੱਲਾਂ ਰਿਐਕਸ਼ਨ ਕਰਕੇ ਲੱਗਦਾ ਲੱਕ 'ਚ ਮਾਈਕ ਵੱਜਾ ਬਹੁਤ ਸੋਹਣਾ ਗਾਇਆ ਭਾਈ ਤੁਸੀਂ ਬਹੁਤ ਕਮਾਲ ਕੀ ਬਾਤ ਹੈ ਕੀ ਬਾਤ ਹੈ ਅੱਛਾ ਅਗਲਾ ਸਵਾਲ ਜਿਹੜਾ ਹੈ
हाँ जी मैं काफ़ी देखा है कि तुम जिदा ना स्क्रिप्ट की जी डिमांड होंगी है तुम करैक्टर चेंज करते हो जिदा मंजे बिस्तरे की गल करा साधु वाला करैक्टर किया है ना एंड जिदा लेडी भी बने हो कुड़ी भी बने हो सो ये जी आवाज़ भी चेंज करते हो पंजाबी भी चेंज करते हो इस स्क्रिप्ट है कि डिसीजन होंगे नहीं तकरीबन मैं आप जो मैं वधिया लगता क्योंकि मैं पिंडा का रहने वाला अच्छा जी पिंड मैक्सीमम करैक्टर मिलते हैं अच्छा जी सो जिहड़ा भी मैं करैक्टर किया मैं देखिया होंगे करैक्टर मैनू यह होंगे कि आह करैक्टर मैं ये अपने तरीके मोल्ड कर ला तकरीबन मैं सारे इदा ही किए सो करमजीत अनमोल ने लाइव इंटरव्यू में कहा कि वह कॉपी करते हैं बिल्कुल कॉपी लोगों की कॉपी करता मैं हाँ जी अच्छी गल है सो मैं कदों कॉपी कर रहे हो कि फिल्म कर रहे हो कॉपी वाली गल है नहीं तेरे क्यों नहीं कर लगा क्यों इदा कहते खौरूपंथी की कड़ी कॉपी होंगी जिम्मे मर्जी पा लो खौरू हाँ जी हाँ जी ये तो है जी तुम कहीं पाया खौरू कोई याद थोड़ा हो यार दोस्तों के न खौरू तो हमेशा पाते रहने पर ए नहीं तेरे वांगू नहीं पाया कद अच्छा कभी पाओ अच्छा लगेगा मैं बिल्कुल तेन अच्छा लगने लिए मैं क्यों पाव खौरू भाई सुपरस्टार पंजाबी इंडस्ट्री ओके ठीक है फिर पाऊंगा पक्का हाँ जी कुछ होर दसो जो नवे आना चाहते लोग एक्टिंग किदा कर कमेडी किदा कर देखो एक्सपर्ट हाँ बिल्कुल एक्सपर्ट हो तुम तो बहुत बा कमाल हो नवे कहना भी एक्टिंग करने की लड़ ही नहीं होंगी एक्चुअली है ना एक्टिंग कई लोग की करते हैं भी आम जिंदगी एक्टिंग करते हैं तो जदों परदे ते करन दी लोड़ होंदी उदों नहीं पर मैं कहना भी जिहड़ी जिहड़ी जदों भी एक्टिंग दी गल करदा मैं सीरियसली गल करदा हुण हां जी हुण कहिंदे ए करमजीत अनमोल ने कहा नहीं नहीं इदां नहीं करना तुसीं गल करो सीरियस विच चप्पल पाला चल ठीक है सो गल इह हुंदी है कि एक्टिंग करन दी लोड़ ही नहीं हुंदी जिवें आपां गल कर रहे हां बिल्कुल जी उदां ही जे तुसीं परदे ते जांदे तो तुसीं थोड़ा फॉर्मल हो जांदे हां जी कि मैं हुण कैमरा सामने आ मेरे ते भी मैं उदा गल करना इदा गल नहीं करनी एक्टिंग बल्कि करनी नहीं चाहिए जिदा होम ही रहना जी करमजीत तुहानू की लगता है कि मैं एक्टिंग की क्लासेस लेनी चाहिए ना तेन की लड़ा तेरे तक कुट कुट के भरी मैंने पता तेन बहुत कुट रहे थे टीचर नहीं नहीं जो एक्टिंग भरी लोगों को दवा मतलब हाँ हाँ लोगों बिल्कुल दो है ना एक्टिंग की तो लड़ है बहुत हाँ जी हाँ जी मैं कोर्स शुरू कर शोर शराबे वाली का अच्छा भाई मैं तुम कुछ डायलॉग्स दवाँगा तुम वक्त वक्त करैक्टर बोलने एज अ कुड़ी तुम ये डायलॉग बोलना यानी जिनके खुद के घर शीशे के होते हैं वो दूसरों के घर पत्थर नहीं मारा करते यानी जिसके खुद के घर शीशे के होते हैं वो दूसरों पे पत्थर नहीं मारते कितनी सोनी लग दिया टिपाई एज अ बुड्ढा आज मेरे पास बंगला है गाड़ी है बैंक बैलेंस है तुम्हारे पास क्या है आज मेरे को बंगला है गाड़ी है जमीन है तेरे को की है नंगा दस मैं तेरे को प्रॉपर्टी है अच्छा जो कोई तुम मूवमेंट याद है कि पहली बार जो कोई फोटो खिंचवा आया थोड़े को यू रिमैबर दैट मूवमेंट कि साल की गल से कदों से दसो कुछ अच्छा लगेगा मैं को फोटो खिंचा आया तुम याद होगी वो इंसीडेंट बाकी मैं दसदा थोनू चुप कर मैं कप मारना सिर च फोटो की नहीं ऑटोग्राफ की गल है कि ऑटोग्राफ मतलब कि कोई आया हो करमजीत भाई करमजीत 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 फोटो ऑटो मैं यार तुसी चाह तो पाई नहीं मैं पानी पा दूं उत्ते तेरे इट्स अ मिनरल वाटर ब्रो मिनरल वाटर है बोतल पानी जेड़े विराट कोहली बोतल धर देंदे पर कप्पां च कौन पींदा पानी मैनूं इह दसो आपदी बल्ले बल्ले कराउण वास्ते तुसी पानी पाता चाह दी जगह हां हुण होएगी बल्ले बल्ले ब्रांड इंटीग्रेट कर दिए हां जी सो तुसी कोई फोटो खिचाण जिदा कोई ऑटोग्राफ ओए ऑटोग्राफ की गल दादा चुप कर जा जे मैं बोलण लगा तैनूं बंद करा दूंगा मैं चुप करके असीं मलेरकोटला काल दे विच साडा कंपीटिशन से मेरा तो भगवंत मान का अच्छा जी सो साडे कोल दो तीन कुड़ियां आई हैं कहिंदियां साडी परफॉर्मेंस बहुत वधिया रही अच्छा जी कहिंदे ऑटोग्राफ लैना अच्छा जी ते असीं उलझे रहे भी ये हुंदा की है अच्छा जी सानू पता ही नहीं सीगा भी ऑटोग्राफ सानू ऐसे भी ना तो कोई इत्थे कोई फोटोग्राफर की दुकान होंदी हुण तां कैमरे होंदे सारयां कोल हाथ च मोबाइल होंदे उदों इदां असीं आले दुआले देखिया सानू समझ ना कहिंदे ऑटोग्राफ कापियां चक्कियां होईयां अच्छा फिर एक साडे मलेरकोटले के कलाकार होंगे से उन्होंने डैथ हो गई शमीम इकबाल जी बहुत वधिया सिंगर सीगे वो जी तो उन्होंने दस्या सानू कहिंदा तुसी इन्हां नू ऑटोग्राफ क्यों दे रहे असीं उन्हूं पुछा भी ये तो दस दे सानू हुंदा की है जी कहिंदा इन्हां ते बस अपना नाम लिख दो अच्छा तो उदों सानू मतलब पता लग्या भी ऑटोग्राफ ये चीज़ हुंदी है पहली बार मैं उदों प्लस वन च सी भगवंत प्लस टू च सी सो लाइव इंटरव्यू विच कमल करमजीत अनमोल ने कहा कि मैं 11वीं दे विच नाम लिखना सिख्या हाँ अच्छा ठीक है जी करमजीत तुसी अपने आप नाल गल्लां करदे हो कदे कल्ले बैठे हो कि मोटिवेशन किदां
ਜਦੋਂ ਇੰਨਾ ਰੌਲਾ ਪੈਂਦਾ ਹੋਵੇ ਕੋਲੇ ਆਪਣੇ ਆਪ ਨਾਲ ਬੰਦਾ ਕਿਵੇਂ ਕਰ ਸਕਦਾ ਨਹੀਂ ਕਦੇ ਬੰਦਾ ਘਰੇ ਬੈਠੇ ਹੋ ਜਿੱਦਾਂ ਮੈਂ ਫਾਰਮ ਹਾਊਸ ਤੇ ਹੁੰਦਾ ਤੇ ਮੈਂ ਆਪਣੇ ਆਪ ਨਾਲ ਗੱਲਾਂ ਕਰਦਾ ਅੱਛਾ ਫਾਰਮ ਹਾਊਸ ਜਿਹੜਾ ਆਪਣਾ 50 ਗਜ ਦਾ ਲਿਆ ਸੀਗਾ ਨਹੀਂ ਨਹੀਂ ਅੱਛਾ 500 ਕਿੱਲੇ ਚ ਅੱਛਾ ਅੱਛਾ ਠੀਕ ਹੈ 5000 ਮੱਝਾਂ ਹਾਂ 500 ਕਿੱਲੇ ਤਾਂ ਹਾਂ ਗੱਡੇ ਜਾਂਦੇ ਆ ਖੈਰ ਸਹੀ ਗੱਲ ਆ ਉਹਦੇ ਚ ਹਾਂਜੀ 100 ਚ ਵੀ ਗੱਡਾ ਜਾਂਦਾ ਹਾਂ ਆਪਣੀ ਉੱਚੀ ਹਾਂਜੀ ਕਦੇ ਕੀ ਤੁਸੀਂ ਕਿੱਦਾਂ ਮੋਟੀਵੇਟ ਹੁੰਦੇ ਜੋ ਤੁਸੀਂ ਸੈਡ ਹੋ ਮੈਂ ਕਦੇ ਸੈਡ ਹੋਇਆ ਹੀ ਨਹੀਂ ਮੈਂ ਚੜ੍ਹਦੀ ਗੱਲਾਂ ਚ ਰਹਿਣ ਵਾਲਾ ਬੰਦਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਪਰ ਆਪਣੇ ਆਪ ਨਾਲ ਕਦੇ ਗੱਲਾਂ ਕਰਦੇ ਹੋ ਕਿ ਕਰਮਜੀਤ ਹੁਣ ਆਹ ਕਰਨਾ ਜ਼ਿੰਦਗੀ ਚ ਕਰਮਜੀਤ ਹੁਣ ਆਹ ਕਰਨਾ ਕਰਮਜੀਤ ਹੁਣ ਆਹ ਕਰਨਾ ਇਦਾਂ ਕਦੇ ਇੰਨਾ ਆਪਣੇ ਆਪ ਨਾਲ ਗੱਲਾਂ ਕਰਨ ਲਈ ਟਾਈਮ ਹੀ ਨਹੀਂ ਹੁੰਦਾ ਅੱਛਾ ਹੂੰ ਕੀ ਕਰਦੇ ਰਹਿੰਦੇ ਹੋ ਬਿਜ਼ੀ ਹੈ ਨੇ ਉਹਨੇ ਫਿਲਮਾਂ ਦੇ ਵਿੱਚ ਅੱਛਾ ਹਾਂ ਤੇ ਸਿੰਗਿੰਗ ਕਦੋਂ ਕਰਦੇ ਸਿੰਗਿੰਗ ਵੀ ਉਹਦੀ ਕਰਦਾ ਤੇ ਪ੍ਰੋਡਿਊਸਰ ਤੇ ਉਹ ਵੀ ਉਹਦੀ ਕਰਦਾ ਸਾਰੀ ਚੀਜ਼ਾਂ ਬਿਲਕੁਲ ਓ ਯੂ ਆਰ ਐਗਜ਼ੈਕਟਲੀ ਲਾਈਕ ਲੱਖਾ ਮਲਟੀ ਟੈਲੈਂਟਡ ਓਏ ਹੋਏ ਹੋਏ ਲੱਖਾ ਯੂ ਆਰ ਗ੍ਰੇਟ ਕਾ ਲੱਖਾ ਕੌਣ ਹੈ ਮੈਨੂੰ ਇਹ ਦੱਸ ਉੱਚਾ ਲੰਬਾ ਗੱਭਰੂ ਜਵਾਨ 6 ਫੁੱਟ ਦਾ ਕੱਦ ਹੈ ਜਿਹੜਾ ਵੱਡੀ ਖੇਡਦਾ ਰਿਹਾ ਜਵਾਨੀ ਚ ਉਹ ਪੱਟ ਤੇ ਜਦੋਂ ਹੱਥ ਮਾਰਦਾ ਸੀ ਰੇਡ ਪਾਉਣ ਜਾਂਦਾ ਸੀ ਖਿਲਾਰੇ ਪੈਂਦੇ ਖਿਲਾਰੇ ਜਿਹੜਾ ਪੈਂਟ ਵੀ ਅੱਧੀ ਹੀ ਪਾਉਂਦਾ ਉਹ ਫਿਰ ਕਬੱਡੀ ਦੀ ਆਦਤ ਪਈ ਹੈ ਨਾ ਆ ਟਾਈ ਵੀ ਮੈਨੂੰ ਲੱਗਦਾ ਜੋਕਾਂ ਲਈ ਚੱਕ ਲਈ ਸਕੂਲ ਚੋਂ ਆ ਨਵੀਂ ਲਈ ਹੈ ਅੱਜ ਕੁਝ ਪ੍ਰਾਈਸ ਟੈਗ ਦੀ ਹਾਂ ਠੀਕ ਹੈ ਤੁਸੀਂ ਪੁੱਛਣਾ ਤੇ ਦੱਸ ਦਾਂਗਾ ਨਾਲ ਠੀਕ ਹੈ ਹਾਂ ₹25 ਦੀ ਹਾਂ ਠੀਕ ਹੈ $25,000 ਹਾਂ ਹਾਂ ਡਾਲਰ ਅੱਛਾ ਅੱਛਾ ਠੀਕ ਚੂਚੀ ਹਾਂ ਬ੍ਰਾਂਡ ਇਜ਼ ਅ ਚੂਚੀ ਹਾਂ ਚੂਚੀ ਓਕੇ ਮਿਸਟਰ ਕਰਮ ਤੁਸੀਂ ਕਦੇ ਇੱਦਾਂ ਕੀਤਾ ਹੈ ਕਿ ਯਾਰ ਕਿਸੇ ਨਾਲ ਚੈਟ ਕੀਤੀ ਹੈ ਉਹ ਨਾਲ ਦੀ ਨਾਲ ਚੈਟ ਡਿਲੀਟ ਕਰ ਦਿੱਤੀ ਹੈ ਕਿ ਯਾਰ ਇਹ ਮੈਸੇਜ ਜਿਹੜਾ ਇਹ ਜਿਹੜੀ ਚੈਟ ਹੈ ਕਿਸੇ ਹੋਰ ਕੋਈ ਨਾ ਪੜ ਲਵੇ ਨਾ ਕਿਉਂ ਵੈਸੇ ਨਹੀਂ ਕੀਤਾ ਕੋਈ ਕਰੋ ਮੈਨੂੰ ਅੱਛਾ ਲੱਗੇਗਾ ਤੈਨੂੰ ਕਾਹਦੇ ਲਈ ਕਰਾਂ ਮੈਂ ਅੱਛਾ ਲੱਗੇਗਾ ਨਾ ਤੈਨੂੰ ਕੀ ਡਿਲੀਟ ਕਰੂੰਗਾ ਤੈਨੂੰ ਤਾਂ ਜਿੰਨਾ ਮਰਜ਼ੀ ਮੈਸੇਜ ਭੈੜਾ ਭੇਜਦਾ ਅੱਛਾ ਬਾਕੀ ਇਹ ਵੀ ਕਈ ਵਾਰੀ ਹੋ ਜਾਂਦਾ ਕਈ ਕਿਸੇ ਨੂੰ ਗਲਤ ਬੰਦੇ ਨੂੰ ਕੋਈ ਮੈਸੇਜ ਭੇਜਿਆ ਗਿਆ ਹੋਵੇ ਤੇ ਉਹ ਡਿਲੀਟ ਹੋਇਆ ਕਿਹਨੂੰ ਮਤਲਬ ਕੋਈ ਦੱਸੋ ਨਾ ਕਿ ਯਾਰ ਮੈਂ ਉਹਨੂੰ ਮੈਂ ਇੱਕ ਵਾਰੀ ਲੱਖੇ ਨੂੰ ਭੇਜਤਾ ਸੀਗਾ ਅੱਛਾ ਜੀ ਹਾਂ ਮੈਂ ਉਹਨੂੰ ਉਹਦੀ ਤਾਰੀਫ ਕਰਦੀ ਸੀ ਵੀ ਤੂੰ ਬਹੁਤ ਅੱਛਾ ਹੈ ਫਿਰ ਮੈਨੂੰ ਲੱਗਿਆ ਵੀ ਨਹੀਂ ਉਹ ਕਾਬਲ ਨਹੀਂ ਹੈ ਅੱਛਾ ਫਿਰ ਮੈਂ ਡਿਲੀਟ ਕਰਤਾ ਸੀ ਅੱਛਾ ਅੱਛਾ ਫਿਰ ਕਿਹਨੂੰ ਭੇਜਿਆ ਤੁਸੀਂ ਫਿਰ ਨਹੀਂ ਮੈਂ ਕਿਸੇ ਨੂੰ ਭੇਜਿਆ ਫਿਰ ਮੈਂ ਇਹੋ ਜਿਹੀ ਗਲਤੀ ਕੀਤੀ ਨਹੀਂ ਕਦੇ ਠੀਕ ਹੈ ਠੀਕ ਹੈ ਕੀ ਬਾਤ ਹੈ ਬਹੁਤ ਸੋਹਣਾ ਅੱਛਾ ਭਾਜੀ ਹੁਣ ਇੱਕ ਗੇਮ ਖੇਡਾਂਗੇ ਤੁਹਾਡੇ ਨਾਲ ਕਿ ਤੁਸੀਂ ਆਪਣੇ ਆਪ ਨੂੰ ਕਿੰਨਾ ਜਾਣਦੇ ਹੋ ਆਪਣਾ ਕਿੰਨਾ ਧਿਆਨ ਰੱਖਦੇ ਹੋ ਤੁਸੀਂ ਠੀਕ ਹੈ ਜੀ ਕਿਹੜੇ ਰੰਗ ਦੀਆਂ ਜਰਾਬਾਂ ਪਾਈਆਂ ਤੁਸੀਂ ਅੱਜ ਪਤਾ ਨਹੀਂ ਸ਼ਾਇਦ ਗ੍ਰੇ ਦੀਆਂ ਗ੍ਰੇ ਦੀ ਮੈਂ ਚੈੱਕ ਕਰ ਲੈਂਦਾ ਹਾਂ ਓ ਗ੍ਰੇ ਵਾਹ ਕੀ ਬਾਤ ਹੈ ਤਾਲੀ ਦੀ ਆਵਾਜ਼ ਗੂੰਜਣੀ ਚਾਹੀਦੀ ਹੈ ਪਹਿਲਾ ਸਵਾਲ ਸਹੀ ਤੁਹਾਡੇ ਪਰਸ 'ਚ ਕਿੰਨੇ ਪੈਸੇ ਹੈ ਹੋਊਗਾ 70,000 ਪਰਸ ਦੇ ਵਿੱਚ ਹੀ ਜੀ ਕੈਨ ਵੀ ਚੈੱਕ ਇਹ ਆ ਦੇਖ ਲਓ ਓ 2,000 ਦੇ ਇੰਨੇ ਨੋਟ ਮੈਂ ਕਦੀ ਨਹੀਂ ਵੇਖੇ ਭਾਜੀ 2 ਦੇ ਦਿਓ ਮੈਨੂੰ ਪਲੀਜ਼ ਤੁਸੀਂ ਸਾਰੇ ਲੈ ਲਓ ਸਾਰੇ ਦੇ ਦਿਓ ਲੈ ਲਓ ਗੱਲ ਹੈ ਕੋਈ ਬਾਅਦ 'ਚੋਂ ਅੰਡਰ ਦਾ ਟੇਬਲ ਦਿਓ ਅੰਡਰ ਦਾ ਟੇਬਲ ਠੀਕ ਹੈ ਇਹ ਵੈਸੇ ਨਾ ਪੰਜਾਬੀਆਂ 'ਚ ਹੁੰਦਾ ਹੈ ਸਾਰੇ ਤੁਹਾਡੇ ਹੀ ਹੈ ਤੁਸੀਂ ਰੱਖ ਲਓ ਅਗਲਾ ਬੰਦਾ ਇਹੀ ਕਹਿੰਦਾ ਨਹੀਂ ਨਹੀਂ ਤੁਸੀਂ ਰੱਖੋ ਰੱਖੋ ਕੋਈ ਗੱਲ ਨਹੀਂ ਪਰ ਅਸੀਂ ਮੰਗ ਲੈਂਦੇ ਹਾਂ ਥੈਂਕ ਯੂ ਸੋ ਮੱਚ ਭਾਜੀ ਐਂਡ ਇੱਕ ਮੈਂ ਇਹ ਸੋਚ ਰਿਹਾ ਸੀਗਾ ਕਿ ਜਦੋਂ ਤੁਸੀਂ ਆਪਣੇ ਘਰ ਜਾਂਦੇ ਹੋ ਅਤੇ ਜਦੋਂ ਆਪਣੇ ਰੂਮ 'ਚ ਐਂਟਰ ਹੁੰਦੇ ਹੋ ਤਾਂ ਤੁਸੀਂ ਕੀ ਚਾਹੁੰਦੇ ਹੋ ਵੀ ਯਾਰ ਇੱਕ ਗਾਣਾ ਹਮੇਸ਼ਾ ਚੱਲ ਰਿਹਾ ਹੋਵੇ ਜਦੋਂ ਮੈਂ ਆਪਣੇ ਰੂਮ 'ਚ ਐਂਟਰ ਹੋਵਾਂ ਉਹ ਗਾਣਾ ਪਲੇ ਹੋ ਰਿਹਾ ਹੋਵੇ ਕਿਹੜਾ ਗਾਣਾ ਇੱਦਾਂ ਦਾ ਯਾਰ ਆਵੇ ਦੋ ਕੁ ਲਾਈਨਾਂ ਹੋ ਜਾਣ ਉਹਦੀਆਂ ਓ ਸੋਹਣਿਆ ਸੱਜਣਾ ਸਾਹਮਣੇ ਆ ਕੇ ਬੈਠਾ ਰਹਿ ਅੱਖੀਆਂ ਦੇ ਵਿੱਚ ਅੱਖੀਆਂ ਪਾ ਕੇ ਬੈਠਾ ਰਹਿ ਅੱਖੀਆਂ ਦੇ ਵਿੱਚ ਅੱਖੀਆਂ ਪਾ ਕੇ ਬੈਠਾ ਰਹਿ ਯਾਰਾ ਵੇ ਯਾਰਾ ਬਿਊਟੀਫੁੱਲ ਵਾਟ ਅ ਸਿੰਗਰ ਹੀ ਇਜ਼ ਵਾਟ ਅ ਟਰੈਕ ਹੀ ਇਜ਼ ਵਾਟ ਅ ਬਿਊਟੀਫੁੱਲ ਤਾਲੀ ਦੀ ਆਵਾਜ਼ ਗੂੰਜਣੀ ਚਾਹੀਦੀ ਸਿੰਗਿੰਗ ਸਿੱਖੀ ਵੀ ਹੈ ਤੁਸੀਂ ਕਿ ਤੁਸੀਂ ਬਹੁਤ ਸੋਹਣਾ ਗਾਉਂਦੇ ਹੋ ਨਾ ਜੀ ਰੱਬ ਵੱਲੋਂ ਹੀ ਰੱਬ ਵੱਲੋਂ ਹੀ ਹੋਰ ਕਿਹੜਾ ਕਿਹੜਾ ਟੈਲੈਂਟ ਤੁਹਾਡੇ 'ਚ ਰੱਬ ਵੱਲੋਂ ਹੀ ਰੱਬ ਵੱਲੋਂ ਐਕਟਿੰਗ ਦਾ ਅੱਛਾ ਜੀ ਹਾਂਜੀ ਬਸ ਇਹੀ 2 ਟੈਲੈਂਟ ਨੇ ਬਾਹਲੇ ਨੇ ਅੱਛਾ ਜੀ ਜੀ ਇਹ ਵੀ ਟੈਲੈਂਟ ਹੀ ਹੈ 70,000 ਰੁਪਈਆ ਪਰਸ 'ਚ ਰੱਖਣਾ ਸਾਡੇ ਪਰਸ 'ਚ ਨਹੀਂ ਹੈ ਸਾਡੇ ਕੋਲ ਟੈਲੈਂਟ ਨਹੀਂ ਹੈ ਵੀ ਆਰ ਜ਼ੀਰੋ ਅੱਛਾ ਵਾਟ ਇਜ਼ ਐਕਟਿੰਗ ਫਾਰ ਯੂ ਜਿਵੇਂ ਮੇਰੇ ਲਈ ਐਕਸ਼ਨ ਰਿਐਕਸ਼ਨ ਹੈ ਜੇ ਤੁਸੀਂ ਐਕਟ ਕਰੋਗੇ ਮੈਂ ਰਿਐਕਟ ਕਰਾਂਗਾ ਜੇ ਮੈਂ ਰਿਐਕਟ ਕਰਾਂਗਾ ਤੁਸੀਂ ਐਕਟ ਕਰੋਗੇ ਜੇ ਮੈਂ ਐਕਟ ਕਰਾਂਗਾ ਤੁਸੀਂ ਐਕਟ ਮੇਰੇ ਲਈ ਐਕਟਿੰਗ ਪੂਜਾ ਹੈ ਪੂਜਾ ਨਹੀਂ ਮਤਲਬ ਕਿੱਦਾਂ ਮਤਲਬ ਮੈਥਡ ਐਕਟਿੰਗ ਤੁਸੀਂ ਕਿੱਦਾਂ ਦੇ ਐਕਟਰ ਹੋ ਡਾਇਰੈਕਟਰ ਨੇ ਜੋ ਕਹਿਤਾ ਜਾਂ ਆਪਣਾ ਨਹੀਂ ਡਾਇਰੈਕਟਰ ਨੇ ਵੀ ਕਹਿਤਾ ਵੀ ਦਾਇਰੇ 'ਚ ਰਹਿ ਕੇ ਜਿੱਦਾਂ ਦੇ ਵੀ ਸਕ੍ਰਿਪਟ ਹੈ ਜੀ ਅਤੇ ਆਪਣਾ 100% ਦੇਣਾ ਜੀ ਮੈਂ 200% ਬਿਲਕੁਲ ਤਾਂ ਹੀ ਤਾਂ ਇੰਨਾ ਬੁੜਕ ਬੁੜਕ ਕੇ ਪੈਂਦਾ ਜੀ 200% ਦਿੰਦੇ ਪਰ ਬੱਲੇ ਬੱਲੇ ਸੈਲਰੀ ਨਹੀਂ ਦੇ ਰਹੇ ਅੱਛਾ ਘੱਟ ਦੇ ਉਹੀ ਬੱਲੇ ਬੱਲੇ ਫੋਕੀ ਬੱਲੇ ਬੱਲੇ ਕਰੀ ਜਾਂਦੇ ਤੁਸੀਂ ਦੇ ਦਿਓ ਥੋੜ੍ਹਾ 4,000 ਅੱਛਾ ਮੈਂ ਕਿਉਂ ਦੇਵਾਂ ਮੇਰਾ ਕੀ ਕਰਨਾ ਫਰੈਂਡਸ ਹੀ ਆਪਾਂ ਅੱਛਾ ਮੇਰੇ ਵੱਡੇ ਭਾਜੀ ਹੋ ਤੁਸੀਂ ਕੀ ਬਾਤ ਹੈ ਘੰਟਾ ਪਹਿਲਾਂ ਮਿਲਿਆ ਫਰੈਂਡ ਬਣ ਗਏ ਆਪਾਂ ਥੋੜ੍ਹਾ ਪਿਆਰ ਦਿਓ ਮੈਨੂੰ ਅੱਛਾ ਲੱਗੇਗਾ ਹਾਂ ਮੈਂ ਤੇਰੀਆਂ ਪੱਪੀਆਂ ਲੈ ਲੈਂਦਾ 4-5 ਨਹੀਂ ਉਹ ਨਹੀਂ ਪੈਸੇ ਜਿਹੜਾ 4 ਮੇਰੇ ਮੂੰਹ ਤੇ ਮਾਰ ਦੋ 4,000 ਰੁਪਈਆ ਅੱਛਾ ਹਾਂਜੀ ਕੋਈ ਨਹੀਂ ਤੇਰੀ ਜੇਬ 'ਚ ਪਾ ਕੇ ਜਾਊਂ ਚਲੋ ਠੀਕ ਹੈ ਜੀ ਮੈਂ ਆਪਾਂ ਨਾ ਜਦੋਂ ਪਤਾ ਲੱਗਾ ਕਿ ਤੁਸੀਂ ਆ ਰਹੇ ਹੋ ਫਿਰ ਮੈਂ ਇੰਸਟਾਗ੍ਰਾਮ 'ਤੇ ਪੋਸਟ ਪਾਈ 25 ਲੱਖ
ਲੋਕਾਂ ਨੇ ਦੇਖਿਆ, ਫਿਰ ਉਸ ਤੋਂ ਬਾਅਦ 50 ਲੱਖ ਮੈਸੇਜਸ ਆਏ, ਉਹਦੇ ਵਿੱਚੋਂ ਆਪਾਂ 3 ਸਵਾਲ ਡਿਸਾਈਡ ਕੀਤੇ, ਪੈਨਲ ਬੈਠਾ 80 ਕਰੋੜ ਲੋਕਾਂ ਦਾ, ਸਾਰੇ ਚੀਜ਼ਾਂ ਬਹੁਤ ਆਪਾਂ ਸਟਰਗਲ ਕੀਤੀ। ਉਸ ਤੋਂ ਬਾਅਦ ਕਰਮਜੀਤ ਅਨਮੋਲ ਨੇ 3 ਸਵਾਲ ਪੁੱਛੇ ਜਾਣਗੇ। ਲਵਪ੍ਰੀਤ 5436 ਪੁੱਛਣਾ ਚਾਹੁੰਦੇ ਆ, ਯੂ ਆਰ ਵੈਰੀ ਗੁੱਡ ਇਨ ਐਕਟਿੰਗ, ਪਰ ਤੁਸੀਂ ਫਿਲਮਾਂ 'ਚ ਗਾਣੇ ਵੀ ਕਰਦੇ ਹੋ, ਰੀਜ਼ਨ ਕੀ ਹੈ? ਟੈਲੈਂਟ ਜਾਂ ਫਿਰ ਪੈਸੇ ਜ਼ਿਆਦਾ ਮਿਲਦੇ ਆ? ਇਹ ਲੋਕਾਂ ਦਾ ਪਿਆਰ ਹੈ, ਜੇ ਮੈਨੂੰ ਐਕਟਿੰਗ ਵੀ ਪਸੰਦ ਕਰਦੇ ਤਾਂ ਨਾਲ ਮੇਰੀ ਸਿੰਗਿੰਗ ਵੀ ਪਸੰਦ ਕਰਦੇ। ਹਾਂਜੀ, ਬਾਕੀ ਮੈਂ ਵੀ ਜੇ ਪ੍ਰੋਡਿਊਸਰ ਕੋਈ ਦੇਖ ਰਿਹਾ ਹੈ ਤੇ ਮੈਨੂੰ ਵੀ ਫਿਲਮਾਂ ਦੇ ਵਿੱਚ ਲੈ ਸਕਦਾ ਹੈ, ਮੇਰੀ ਵੀ ਐਕਟਿੰਗ ਅੱਛੀ ਹੈ, ਮੈਂ ਵੀ ਗਾ ਲੈਣਾ, ਜੇ ਕੋਈ ਪ੍ਰੋਡਿਊਸਰ ਸੁਣ ਰਿਹਾ ਤੇ ਮੈਨੂੰ ਕੋਈ ਬੰਦਾ ਉਹ ਸੁਣਾਵੇ ਜਿਹੜਾ ਫਿਲਮਾਂ 'ਚ ਗਾਣਾ ਗਾਉਣਾ ਚਾਹੁੰਦਾ। ਨਹੀਂ, ਐਕਟਿੰਗ ਵੀ ਕਰਨਾ ਚਾਹੁੰਦਾ? ਨਹੀਂ ਨਹੀਂ, ਗਾਣਾ ਪਹਿਲਾਂ, ਗਾਣਾ ਫਿਰ ਐਕਟਿੰਗ। ਇੰਗਲਿਸ਼ ਸੁਣਨਾ ਚਾਹੇਗਾ ਪ੍ਰੋਡਿਊਸਰ ਕਿ ਹਿੰਦੀ ਸੁਣਨਾ? ਪੰਜਾਬੀ 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 ਜਾਵੇ ਜਾਵੇ ਸੱਜਣਾ ਜਾਣਾ 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 ਇੱਕ ਮਿੰਟ ਗਾਣਾ ਹੈ। ਅੱਛਾ, ਮਾਂ ਤੇ ਮੈਨੂੰ ਕਹਿ। ਨਹੀਂ ਨਹੀਂ, ਹੋਰ ਵੀ ਸੁਣਾਵਾ? ਨਹੀਂ, ਇਹੀ ਸੁਣਾ ਦੁਆਰੇ। ਅੱਖੀਆਂ ਦੇ ਸਾਵੇਂ ਸਾਵੇਂ ਸੱਜਣਾ, ਇਹ ਸੈਡ ਸੌਂਗ ਹੈ। ਅੱਖੀ ਸਿਚੁਏਸ਼ਨ ਜਿਹੜੀ ਆ ਉਹ ਦਰਖਤ ਦੇ ਕੋਲ ਬੈਠੀ ਹੋਈ ਹੈ ਕੁੜੀ ਤੇ ਮੁੰਡਾ ਜਿਹੜਾ ਬ੍ਰੇਕਅਪ ਹੋ ਗਿਆ ਤੇ ਉਹ ਸੁਣਾ ਰਹੀ। ਅੱਖੀਆਂ ਦੇ ਸਾਂਝੇ ਸਾਂਝੇ ਬੈਠਾ ਤੂੰ ਵੇਖੀ ਜਾਵੇਂ ਆਵੇਂਗਾ ਕਦ ਤੂੰ ਸੱਜਣਾ, ਇੱਦਾਂ ਦਾ ਕੁਛ ਲਿਖਿਆ ਹੋਇਆ। ਇੰਨੀ ਪਿਆਰੀ ਆਵਾਜ਼ ਹੈ, ਜੀ ਕਰਦਾ ਮੂੰਹ 'ਚ ਰੇਤਾ ਪਾ ਦਾ। ਇੰਨੀ ਪਿਆਰੀ ਆਵਾਜ਼, ਥੈਂਕ ਯੂ ਸੋ ਮਚ। ਪਰ ਰਿਆਜ਼ ਹੀ ਹੈ? ਹਾਂ, ਰਿਆਜ਼ ਦਿਸ ਰਿਹਾ ਉਹਦਾ। ਸੋ ਆਪਾਂ ਸਾਈਨ ਕਰ ਲਈਏ? ਬਿਲਕੁਲ ਬਿਲਕੁਲ, ਕਰੋ ਸਾਈਨ। ਕਰਮਜੀਤ ਨੇ ਲਿਆ ਲੱਖੇ ਦੀ ਫਿਲਮ ਵਿੱਚ, ਬਿਲਕੁਲ ਤੇ ਸਾਡੇ ਨੋ ਲਾਈਫ ਵਿਦ ਵਾਈਫ ਫਿਲਮ ਆ ਰਹੀ ਹੈ, ਉਹਦੇ ਚ ਲਵਾਂਗੇ ਤੁਹਾਨੂੰ। ਓ ਥੈਂਕ ਯੂ ਸੋ ਮਚ, ਨੋ ਲਾਈਫ ਵਿਦ ਵਾਈਫ, ਉਹਦੇ ਚ ਲਾਈਫ ਮੈਂ ਹੀ ਬਣਾਂਗਾ, ਵਾਈਫ ਪ੍ਰੋਡਿਊਸਰ ਕਿਤੇ ਖੁਦ ਤਾਂ ਨਹੀਂ ਬਣ ਰਹੇ? ਨਹੀਂ ਨਹੀਂ। ਸੋ ਅਗਲਾ ਜਿਹੜਾ ਸਵਾਲ ਹੈ, ਲੋਕਾਂ ਨੇ ਬਹੁਤ ਸਾਰੇ ਪੁੱਛੇ, ਇਹ ਮੈਨੂੰ ਸਮਝ ਨਹੀਂ ਆਈ ਗੱਲ, ਚਾਕਲੇਟ ਵਾਲੀ ਬਰਫੀ ਵਾਲੀ ਆਲਾ ਕੀ ਸੀਨ ਹੈ, ਕਿੱਦਾਂ ਬਣਦੀ ਹੈ ਚਾਕਲੇਟ ਵਾਲੀ ਬਰਫੀ? ਉਹ ਫਿਲਮ ਦੇ ਵਿੱਚ ਬਣਾ ਸਕਦਾ, ਮੈਂ ਚੈਨਲ ਤੇ ਨਹੀਂ ਬਣਾ ਸਕਦਾ। ਕਿਹੜੀ ਫਿਲਮ ਦਾ ਸੀਗਾ ਇਹ? ਮੰਜੇ ਬਿਸਤਰੇ। ਅੱਛਾ ਜੀ, ਚਾਕਲੇਟ ਲੈਣੀ ਠੀਕ, ਖਾਣੇ ਵਾਸਤੇ ਮਿੱਠਾ ਕਿੰਨਾ ਖਾਂਦਾ? ਨਾ ਨਾ, ਮਿੱਠਾ ਜਮਾ ਹੀ ਨਹੀਂ ਖਾਂਦਾ। ਤੁਸੀਂ, ਤੁਹਾਨੂੰ ਕੀ ਪਸੰਦ ਹੈ? ਮਿੱਠਾ ਬੋਲਦਾ ਹੀ ਆ, ਮੈਂ ਖਾਂਦਾ ਨਹੀਂ। ਜਿੱਦਾਂ ਮੈਨੂੰ ਐਵੋਕੈਡੋ ਬਹੁਤ ਪਸੰਦ ਹੈ, ਦੈਟ ਇਜ਼ ਅ ਫਰੂਟ, ਐਵੋਕੈਡੋ। ਅੱਛਾ ਜੀ, ਜਿਹਨੂੰ ਹੁੰਦਾ? ਮੈਨੂੰ ਅਮਰੂਦ। ਅਮਰੂਦ, ਹਾਂ ਅਮਰੂਦ, ਉਹ ਕੀ ਹੁੰਦਾ? ਅੱਛਾ, ਮੈਂ ਦੱਸਦਾ ਕੋਈ ਨਹੀਂ ਤੈਨੂੰ, ਜਿੱਦਾਂ ਮੈਨੂੰ ਐਵੋਕੈਡੋ, ਆਈ ਲਵ ਦੈਟ। ਓਕੇ, ਅਰਧਮਨ ਕਾਂਜਲਾ ਬਾਈ, ਨਾਮ ਤੁਹਾਡਾ ਬਹੁਤ ਔਖਾ ਹੈ, ਸੌਰੀ ਜੇ ਮੈਂ ਗਲਤ ਲਿਆ ਹੋਵੇ। ਐਜ਼ ਅ ਲੀਡ, ਮਿਲਣਾ ਤਾਂ ਮੇਰੇ ਲਈ ਸਵਾਲ ਹੈ, ਐਜ਼ ਅ ਲੀਡ ਹੀਰੋ ਕਦੋਂ ਆ ਰਹੇ ਹੋ? ਹੁਣੇ ਹੁਣੇ ਪ੍ਰੋਡਿਊਸਰ ਨਾਲ ਫਿਲਮ ਸਾਈਨ ਕੀਤੀ ਹੈ, ਨੋ ਲਾਈਫ ਵਿਦ ਵਾਈਫ, ਉਹਦੇ ਵਿੱਚ ਮੈਂ ਹੀ ਐਜ਼ ਅ ਲੀਡ ਹਾਂ, ਬਾਈ ਹੁਣੀ ਸੈਕੰਡ ਲੀਡ ਤੇ ਨੇ, ਬਿਲਕੁਲ ਤੇ ਬਹੁਤ ਮਜ਼ਾ ਆ ਰਿਹਾ। ਚਲੋ ਠੀਕ ਹੈ, ਜਾਂਦੇ ਜਾਂਦੇ ਤੁਸੀਂ ਕੁਛ ਕਹਿਣਾ ਚਾਹੋ ਸਾਰਿਆਂ ਨੂੰ, ਮੇਰੇ ਫੈਨਸ ਨੂੰ, 5 ਕਰੋੜ ਜਿਹੜੇ ਲੋਕ ਹੈ? ਜਿਹੜੇ 5 ਕਰੋੜ ਲੋਕ ਇਹਦੇ ਫੈਨ ਨੇ ਜੀ, ਇਹ ਬੰਦਾ ਆਉਣ ਵਾਲਾ ਵਿਲਨ ਹੈ, ਆਉਣ ਵਾਲਾ ਹੀਰੋ ਹੈ, ਆਉਣ ਵਾਲਾ ਕਮੇਡੀਅਨ ਹੈ, ਆਉਣ ਵਾਲਾ ਡਾਇਰੈਕਟਰ ਹੈ, ਆਉਣ ਵਾਲਾ ਪ੍ਰੋਡਿਊਸਰ ਹੈ, ਪਰ ਆਉਣ ਵਾਲਾ ਇਹ ਨਹੀਂ ਪਤਾ ਆਉਣਾ ਕਦੋਂ ਕਦੋਂ ਹੈ, ਛੇਤੀ ਆਵਾਂਗਾ। 2020 ਮੇਰਾ, ਹਾਂ ਬਿਲਕੁਲ ਠੀਕ ਹੈ ਜੀ, 4000 ਦੇਣ ਦਿੱਤੇ, ਰੱਬ ਕਰੇ ਤੁਹਾਡਾ ਹੀ ਹੋਵੇ। ਹਾਂਜੀ, 2020 ਨਹੀਂ ਆਪਣਾ ਇਕੱਠੇ, ਹਾਂ ਸਾਡਾ ਇਕੱਠਿਆਂ ਦਾ ਹੋਵੇ ਕਰਮਜੀਤ ਜੀ, ਆਪਾਂ 2020 ਚ ਗਾਹ ਪਾ ਦੇਣਾ ਇਕੱਠੇ। ਬਿਲਕੁਲ ਬਿਲਕੁਲ, ਖੌਰੂ ਨਹੀਂ ਪਾਉਣਾ, ਖੌਰੂ ਮਤਲਬ ਗਾਹ, ਖੌਰੂ ਸਾਰਾ ਕੁਝ ਇੱਕ ਹੋ, ਫਿਰ ਇੱਥੇ ਗਾਹ ਵੀ ਲਿਖ ਲਓ। ਹਾਂਜੀ, ਖੌਰੂ ਪੰਤੀ ਗਾਹ, ਗਾਹ ਵਿਦ ਲੱਖਾ। ਓ ਦੈਟਸ ਸੋ, ਦੈਟਸ ਸੋ ਗ੍ਰੇਟ, ਠੀਕ ਹੈ ਚਲੀਏ ਜੀ। ਚਲੋ ਜੀ, ਹੁਣ ਤਾਂ ਬਹੁਤ ਹੋ ਗਿਆ, ਸੋ ਸਵੀਟ ਆਫ ਯੂ, ਤਾਲੀਆਂ ਦੀ ਆਵਾਜ਼ ਗੂੰਜਣੀ ਚਾਹੀਦੀ ਹੈ ਅੱਜ ਦੇ ਸ਼ੋਅ ਦੇ ਵਿੱਚ। ਕਰਮਜੀਤ ਅਨਮੋਲ ਆਏ, ਮਿਹਰਬਾਨੀ ਬਹੁਤ ਬਹੁਤ। ਚਲੋ ਚਲੀਏ ਹੁਣ, 4000 ਰੁਪਈਆ ਵੀ ਲੈਣਾ, ਜੇ ਲੈ ਲਿਆ ਤਾਂ ਮੈਂ ਤੁਹਾਨੂੰ ਇੰਸਟਾਗ੍ਰਾਮ 'ਤੇ ਦੱਸੂੰਗਾ। ਹਾਂ, ਮੈਂ ਦਿੰਦਾ। ਓਕੇ ਜੀ, ਥੈਂਕ ਯੂ ਸੋ ਮਚ, ਥੈਂਕ ਯੂ ਬੱਲੇ ਬੱਲੇ ਐਂਡ ਲੱਖਾ ਜੀ, ਮਿਹਰਬਾਨੀ ਜੀ, ਮਿਹਰਬਾਨੀ ਮਿਹਰਬਾਨੀ। ਡਿੰਗੋ ਪੋਟੈਟੋ ਚਿਪਸ ਪ੍ਰੈਜ਼ੈਂਟ ਹੋਇਓ ਪੰਫੀ।